ਤਾਂ ਪੜ੍ਹ ਲਿਖ ਕੇ ਇਹ ਟੀਚਰ ਬਣੇ। ਉਸ ਤੋਂ ਬਾਅਦ ਇਹ ਦੁਬਈ ਗਏ, ਦੁਬਈ ਦੇ ਵਿੱਚ ਸ਼ੈਫ ਦਾ ਕੰਮ ਕੀਤਾ। ਤਾਂ ਜਦੋਂ ਕਰੋਨਾ ਦਾ ਪੀਰੀਅਡ ਚੱਲਿਆ ਤਾਂ ਜਦੋਂ ਫਿਰ ਬਾਅਦ 'ਚ ਇੰਡੀਆ ਆਏ ਤਾਂ ਫਿਰ ਜਾਣ ਬਾਰੇ ਸੋਚਿਆ ਕਿ ਦੁਬਈ ਦੇ ਵਿੱਚ ਜਾਇਆ ਜਾਵੇ, ਪਰ ਦੁਬਈ ਨਹੀਂ ਗਏ। ਦੁਬਈ ਦੀਆਂ ਡਿਸ਼ਸ ਤੁਹਾਨੂੰ ਹੁਣ ਫਗਵਾੜੇ ਦੇ ਵਿੱਚ ਹੀ ਇਹ ਖਵਾ ਰਹੇ ਨੇ। ਆਪਣੇ ਇੰਡੀਆ ਵਿੱਚ ਇੱਕ ਪ੍ਰੋਬਲਮ ਇੱਕ ਹੋਰ ਆ ਕਿ ਰਿਲੀਜੀਅਸ ਮੋਟਿਵਸ ਨੂੰ ਲੈ ਕੇ ਜਾਂ ਰਿਲੀਜੀਅਸ ਚੀਜ਼ਾਂ ਨੂੰ ਲੈ ਕੇ ਲੋਕ ਆਪਸ 'ਚ ਯੂਨਾਈਟ ਨਹੀਂ ਹੁੰਦੇ। ਤਾਂ ਇੱਕ ਖਾਣਾ ਇੱਕ ਇੱਦਾਂ ਦੀ ਚੀਜ਼ ਆ ਜਿਹੜਾ ਹਰ ਕਿਸੇ ਨੂੰ ਯੂਨਾਈਟ ਕਰ ਦਿੰਦਾ ਆ, ਭਾਵੇਂ ਉਹ ਗੁਜਰਾਤ ਤੋਂ ਹੋਵੇ ਭਾਵੇਂ ਪੰਜਾਬ ਤੋਂ ਹੋਵੇ। ਪਰ ਜਦੋਂ ਇੱਕ ਦੂਸਰੇ ਦੇ ਸਟੇਟ 'ਚ ਜਾਂਦਾ ਤਾਂ ਉਹਦੇ ਸਟੇਟ ਦੀ ਜ਼ਰੂਰ ਡਿਸ਼ ਖਾ ਕੇ ਦੇਖਦਾ ਆ। ਬੋਂਬੇ ਦਾ ਨਾ ਇੱਕ ਫੇਮਸ ਦਾ ਸੈਂਡਵਿਚ ਹੁੰਦਾ ਆ ਜਿਹਦੇ ਵਿੱਚ ਬੋਂਬੇ ਦੀ ਲੇਅਰਿੰਗਸ ਹੁੰਦੀਆਂ ਚਟਨੀ ਦੀਆਂ, ਹੈ ਨਾ। ਤਾਂ ਉੱਧਰ ਦਾ ਥੋੜ੍ਹਾ ਕੋਨਸੈਪਟ ਲੈ ਕੇ ਥੋੜ੍ਹਾ ਇੱਧਰਲਾ ਕੋਨਸੈਪਟ ਮਿਕਸ ਕਰਕੇ ਆਪਾਂ ਪਰਾਂਡਾ ਸੀਜ਼ੀ ਟੋਸਟ ਬਣਾਇਆ ਜਿਹਦੇ ਵਿੱਚ ਬੋਂਬੇ ਔਰ ਪੰਜਾਬ ਦਾ ਮਿਸ਼ਰਣ ਆ। ਸਰ ਇੱਥੇ ਤਾਂ ਸਟਾਰਟ ਕੀਤੇ ਹੋਏ ਸਾਨੂੰ 3 ਮਹੀਨੇ ਹੋਏ ਆ ਜਸਟ, ਬਟ ਇਸ ਮਤਲਬ ਕਿ ਇਸ ਲਾਈਨ ਦੇ ਅੰਦਰ ਮੈਨੂੰ ਆਏ ਹੋਏ 4 ਸਾਲ ਹੋ ਚੁੱਕੇ ਆ। ਉਦੋਂ ਹਾਲਾਤ ਬਹੁਤ ਖਰਾਬ ਹੋ ਚੁੱਕੇ ਸੀ, ਮੈਂ ਇਹੀ ਸੋਚ ਰਹੇ ਸੀ ਪਤਾ ਨਹੀਂ ਹੁਣ ਕੀ ਹੋਊਗਾ। ਲੇਕਿਨ ਫਿਰ ਵੀ ਕਹਿੰਦੇ ਕਿ ਪਰਮਾਤਮਾ ਦੀ ਇੱਕ ਰੋਸ਼ਨੀ ਹੁੰਦੀ ਹੈ, ਰਸਤਾ ਦਿਖਾਉਂਦਾ ਪਰਮਾਤਮਾ। ਇਸ ਕਰਕੇ ਮੇਰੀ ਬੇਟੀ ਜਿੱਦਾਂ ਬਾਹਰ ਗਈ, ਆਣ ਕੇ ਅਸੀਂ ਕੰਮ ਖੋਲਿਆ, ਆਣ ਕੇ ਮਤਲਬ ਹੁਣ ਥੋੜ੍ਹਾ ਜਿਹਾ ਸਾਨੂੰ ਲੱਗਦਾ ਕਿ ਅਸੀਂ ਕਾਮਯਾਬ ਹੋ ਜਾਵਾਂਗੇ। ਤੁਸੀਂ ਪਹਿਲਾਂ ਆਟੋ ਚਲਾਉਂਦੇ ਹੋ ਤੇ ਸ਼ਾਮ ਆਟੋ ਚਲਾਉਂਗੇ, ਜੋ ਵੀ ਬਣਿਆ ਅੱਜ ਦਾ 150 ਰੁਪਏ ਬਣਿਆ ਉਹ ਇਹਨਾਂ ਦੇ ਨਾਲ ਬਸ ਰਲ ਮਿਲ ਕੇ ਅਸੀਂ ਘਰ ਨੂੰ ਚਲਾ ਰਹੇ ਹਾਂ। ਇਹ ਵਕਤ ਦੇ ਨਾਲ ਸੰਘਰਸ਼ ਤਾਂ ਕਰਨਾ ਹੀ ਪੈਣਾ, ਉਹ ਮੈਂ ਵੀ ਕਰ ਰਿਹਾ, ਮੇਰੇ ਬੱਚੇ ਵੀ ਕਰ ਰਹੇ ਆ। ਇੰਨੇ ਛੋਟੇ ਛੋਟੇ ਬੱਚੇ, ਮੈਂ ਕਹਿੰਦਾ ਉਹ 8ਵੀਂ 'ਚ ਪੜ੍ਹਦਾ, ਉਹ ਵੀ ਆ ਕੇ ਘਰ ਆਰਾਮ ਨਹੀਂ ਕਰਨਾ ਚਾਹੁੰਦਾ। ਛੋਟੀ ਕੁੜੀ ਮੇਰੀ ਉੱਥੇ ਘਰ ਬੈਠੀ ਟਿਊਸ਼ਨ ਪੜ੍ਹਾ ਰਹੀ ਹੈ, ਪਤਾ ਵੀ ਅਸੀਂ ਜਿਸ ਸਟੈਂਡਰਡ ਤੋਂ ਗਿਰੇ ਹਾਂ ਉਹਨੂੰ ਕੈਚ ਕਰਨਾ ਹੈ। ਫਗਵਾੜਾ ਦੀ ਚੁਪਾਟੀ ਦੇ ਵਿੱਚ ਧਵੰਸ ਪਾਂਡਾ ਦੇ ਕੋਲ ਅਸੀਂ ਇਸ ਵੇਲੇ ਪਹੁੰਚੇ ਹਾਂ, ਜਿਨ੍ਹਾਂ ਦੀ ਬੜੀ ਦਿਲਚਸਪ ਕਹਾਣੀ ਹੈ। ਰਵਲੀਨ ਧਵਨ ਬੜੇ ਇੰਟਰਸਟਿੰਗ ਗਰਲ ਨੇ, ਕਿਉਂਕਿ ਇਹਨਾਂ ਨੇ ਪਹਿਲਾਂ ਆਪਣੀ ਜ਼ਿੰਦਗੀ ਦੇ ਵਿੱਚ ਬੜਾ ਵਧੀਆ ਸਮਾਂ ਦੇਖਿਆ, ਉਸ ਤੋਂ ਬਾਅਦ ਘਾਟੇ ਵਾਧੇ ਜ਼ਿੰਦਗੀ ਦੇ ਜਦੋਂ ਚੱਲੇ ਤਾਂ ਫਿਰ ਮਾੜਾ ਸਮਾਂ ਆਇਆ। ਤਾਂ ਪੜ੍ਹ ਲਿਖ ਕੇ ਇਹ ਟੀਚਰ ਬਣੇ, ਉਸ ਤੋਂ ਬਾਅਦ ਇਹ ਦੁਬਈ ਗਏ, ਦੁਬਈ ਦੇ ਵਿੱਚ ਸ਼ੈਫ ਦਾ ਕੰਮ ਕੀਤਾ। ਤਾਂ ਜਦੋਂ ਕਰੋਨਾ ਦਾ ਪੀਰੀਅਡ ਚੱਲਿਆ ਤਾਂ ਜਦੋਂ ਫਿਰ ਬਾਅਦ 'ਚ ਇੰਡੀਆ ਆਏ ਤਾਂ ਫਿਰ ਜਾਣ ਬਾਰੇ ਸੋਚਿਆ ਕਿ ਦੁਬਈ ਦੇ ਵਿੱਚ ਜਾਇਆ ਜਾਵੇ, ਪਰ ਦੁਬਈ ਨਹੀਂ ਗਏ। ਦੁਬਈ ਦੀਆਂ ਡਿਸ਼ਸ ਤੁਹਾਨੂੰ ਹੁਣ ਫਗਵਾੜੇ ਦੇ ਵਿੱਚ ਹੀ ਇਹ ਖਵਾ ਰਹੇ ਨੇ। ਦੁਬਈ ਦੀਆਂ ਚਾਹੇ ਲਾ ਲਓ ਚਾਹੇ ਮੁੰਬਈ ਦੀਆਂ ਲਾ ਲਓ, ਇਹ ਡਿਸ਼ਸ ਇੱਥੇ ਬੜੀਆਂ ਸਵਾਦ ਬਣਾਉਂਦੇ ਨੇ। ਤਾਂ ਰਵਲੀਨ ਧਵਨ ਮੇਰੇ ਨਾਲ ਨੇ, ਗੱਲਬਾਤ ਕਰਦੇ ਹਾਂ। ਮੈਮ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਅਸੀਂ ਸਤਿ ਸ਼੍ਰੀ ਅਕਾਲ ਅਤੇ ਮੁਬਾਰਕਬਾਦ ਹੀ ਦੇਵਾਂਗੇ, ਕਿਉਂਕਿ ਤੁਸੀਂ ਕਾਫੀ ਵਾਇਰਲ ਹੋ ਰਹੇ ਹੋ। ਤਾਂ ਇੱਥੇ ਫਿਰ ਦੁਬਈ ਦੀਆਂ ਅਤੇ ਮੁੰਬਈ ਦੀਆਂ ਡਿਸ਼ਸ ਮਿਲਦੀਆਂ ਅਤੇ ਹੋਰ ਕਿਹੜੀ ਕਿਹੜੀ ਸਟੇਟ ਦੀਆਂ ਮਿਲਦੀਆਂ ਨੇ? ਐਕਚੁਲੀ ਸਰ ਮੇਰਾ ਤਾਂ ਮਤਲਬ ਕਿ ਇੱਕ ਮੋਟਿਵ ਆ ਕਿ ਖਾਣਾ ਇੱਦਾਂ ਦਾ ਬਣਾਓ ਜੋ ਲੋਕਾਂ ਦੇ ਢਿੱਡ ਨੂੰ ਢਿੱਡ ਕੋਲ ਤਾਂ ਜਾਵੇ ਅਤੇ ਉਹਨਾਂ ਦੀ ਸੋਚ ਨੂੰ ਵੀ ਬਦਲੇ। ਤਾਂ ਆਪਣੇ ਇੰਡੀਆ ਵਿੱਚ ਇੱਕ ਪ੍ਰੋਬਲਮ ਇੱਕ ਹੋਰ ਆ ਕਿ ਰਿਲੀਜੀਅਸ ਮੋਟਿਵਸ ਨੂੰ ਲੈ ਕੇ ਜਾਂ ਰਿਲੀਜੀਅਸ ਚੀਜ਼ਾਂ ਨੂੰ ਲੈ ਕੇ ਲੋਕ ਆਪਸ 'ਚ ਯੂਨਾਈਟ ਨਹੀਂ ਹੁੰਦੇ। ਤਾਂ ਇੱਕ ਖਾਣਾ ਇੱਕ ਇੱਦਾਂ ਦੀ ਚੀਜ਼ ਆ ਜਿਹੜਾ ਹਰ ਕਿਸੇ ਨੂੰ ਯੂਨਾਈਟ ਕਰ ਦਿੰਦਾ ਆ, ਭਾਵੇਂ ਉਹ ਗੁਜਰਾਤ ਤੋਂ ਹੋਵੇ ਭਾਵੇਂ ਪੰਜਾਬ ਤੋਂ ਹੋਵੇ। ਪਰ ਜਦੋਂ ਇੱਕ ਦੂਸਰੇ ਦੇ ਸਟੇਟ 'ਚ ਜਾਂਦਾ ਤਾਂ ਉਹਦੇ ਸਟੇਟ ਦੀ ਜ਼ਰੂਰ ਡਿਸ਼ ਖਾ ਕੇ ਦੇਖਦਾ ਆ। ਬਟ ਹੁਣ ਆਪਾਂ ਜੇ ਪੰਜਾਬ 'ਚ ਰਹੀਏ ਤਾਂ ਪਾਓ ਭਾਜੀ ਖਾ ਲਾਂਗੇ, ਵੜਾ ਪਾਓ ਖਾ ਲਾਂਗੇ। ਪਰ ਬੋਂਬੇ ਦਾ ਨਾ ਇੱਕ ਫੇਮਸ ਦਾ ਸੈਂਡਵਿਚ ਹੁੰਦਾ ਆ ਜਿਹਦੇ ਵਿੱਚ ਬੋਂਬੇ ਦੀ ਲੇਅਰਿੰਗਸ ਹੁੰਦੀਆਂ ਚਟਨੀ ਦੀਆਂ, ਹੈ ਨਾ। ਤਾਂ ਉੱਧਰ ਦਾ ਥੋੜ੍ਹਾ ਕੋਨਸੈਪਟ ਲੈ ਕੇ ਥੋੜ੍ਹਾ ਇੱਧਰਲਾ ਕੋਨਸੈਪਟ ਮਿਕਸ ਕਰਕੇ ਆਪਾਂ ਪਰਾਂਡਾ ਸੀਜ਼ੀ ਟੋਸਟ ਬਣਾਇਆ ਜਿਹਦੇ ਵਿੱਚ ਬੋਂਬੇ ਔਰ ਪੰਜਾਬ ਦਾ ਮਿਸ਼ਰਣ ਆ। ਇੱਦਾਂ ਹੀ ਮੈਨਿਊ ਦੇ ਅੰਦਰ ਇੱਕ ਹੋਰ ਚੀਜ਼ ਲਾਂਚ ਹੋਈ ਆ, ਫਲਾਫਲ। ਔਰ ਉਹ ਫਲਾਫਲ ਤਾਂ ਹੁੰਦੇ ਆ ਆਪਣੇ ਦੁਬਈ ਦੇ ਅੰਦਰ, ਬਟ ਆਪਾਂ ਉਹਦਾ ਨਾਮ ਰੱਖ ਦਿੱਤਾ ਆ ਦੇਸੀ ਫਲਾਫਲ, ਕਿਉਂਕਿ ਜਿੱਦਾਂ ਕਿ ਆਪਣੇ ਪੰਜਾਬੀ ਬਹੁਤ ਤੜਕਾ ਭੜਕਾ ਖਾਂਦੇ ਆ। ਤਾਂ ਆਪਣੇ ਫਲਾਫਲ ਦੇ ਅੰਦਰ ਤਾਂ ਅਗਰ ਨਮਕ ਔਰ ਮਿਰਚ ਜੀ ਘੱਟ ਰੱਖ ਦਿੱਤਾ ਜਾਂ ਆਪਾਂ ਨੂੰ ਹਮੁਸ 'ਤੇ ਡਾਲ ਦਿੱਤਾ ਤਾਂ ਫਿਰ ਤਾਂ ਆਪਾਂ ਨੂੰ ਦੁਬਈ ਤੋਂ ਸ਼ੇਖਾਂ ਨੂੰ ਹੀ ਬੁਲਾਉਣਾ ਪਊਗਾ ਖਾਣ ਲਈ, ਫਿਰ ਤਾਂ ਆਪਣੇ ਪੰਜਾਬੀਆਂ ਨੇ ਖਾਣਾ ਹੀ ਨਹੀਂ। ਤਾਂ ਹੀ ਉਹਦੇ ਅੰਦਰ ਥੋੜ੍ਹਾ ਜਿਹਾ ਪੰਜਾਬੀ ਤੜਕਾ ਮਾਰਤਾ ਆਪਾਂ, ਤਾਂ ਹੁਣ ਉਹ ਹੋ ਗਿਆ ਆ ਪੰਜਾਬੀ ਦੇਸੀ ਫਲਾਫਲ। ਇਹ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਇੱਥੇ ਇਹ ਕੰਮ ਸ਼ੁਰੂ ਕੀਤੇ ਨੂੰ? ਸਰ ਇੱਥੇ ਤਾਂ ਸਟਾਰਟ ਕੀਤੇ ਹੋਏ ਸਾਨੂੰ 3 ਮਹੀਨੇ ਹੋਏ ਆ ਜਸਟ, ਬਟ ਇਸ ਮਤਲਬ ਕਿ ਇਸ ਲਾਈਨ ਦੇ ਅੰਦਰ ਮੈਨੂੰ ਆਏ ਹੋਏ 4 ਸਾਲ ਹੋ ਚੁੱਕੇ ਆ। ਇਹ ਤੋਂ ਪਹਿਲਾਂ ਤਾਂ ਮੈਂ ਖੁਦ ਟੀਚਰ ਸੀਗੀ। ਤਾਂ ਲਾਈਫ ਦੇ ਅੰਦਰ ਮਤਲਬ ਕਿ ਹੁੰਦਾ ਆ ਲੋਕਾਂ ਦੀ ਲਾਈਫ ਦੇ ਅੰਦਰ ਉੱਪਰ ਟ੍ਰੈਜਡੀਜ਼ ਹੁੰਦੀਆਂ ਆ, ਉਤਾਰ ਚੜਾਵ ਆਉਂਦੇ ਆ,
ਇੱਥੇ ਹੀ ਮੇਰੇ ਵੀ ਆਏ ਹੈ ਨਾ ਬਹੁਤ ਵੱਡਾ ਕੁਛ ਹੋ ਗਿਆ ਸੀਗਾ ਜਿਹਦੇ ਕਰਕੇ ਮੈਨੂੰ ਇੱਦਾਂ ਲੱਗਾ ਕਿ ਨਹੀਂ ਇੱਥੇ ਰਹਿਣਾ ਔਖਾ ਆ ਲੋਕ ਜੀਣ ਨਹੀਂ ਦਊਗੇ ਇਹ ਕਿਉਂਕਿ ਆਪਣੇ ਮਤਲਬ ਕਿ ਥੋੜ੍ਹਾ ਇਹ ਆ ਕਿ ਇੰਡੀਅਨ ਸੀ ਮੈਂਟੈਲਿਟੀ ਇੱਦਾਂ ਦੀ ਆ ਆਪਣੇ ਦੀ ਕਿ ਜੇ ਕੁਛ ਹੋ ਜਾਵੇ ਤਾਂ ਲੋਕ ਤਾਂ ਚਲੋ ਬਲੇਮ ਕਰਦੇ ਆ ਪਰ ਆਪਣੇ ਅੰਦਰ ਜਿਹੜੀ ਵਿਲ ਪਾਵਰ ਆ ਨਾ ਉਹ ਆਪਾਂ ਨੂੰ ਅੱਗੇ ਨਹੀਂ ਵਧਣ ਦਿੰਦੀ ਆਪਾਂ ਉੱਥੇ ਬ੍ਰੇਕ ਲਾ ਕੇ ਬਹਿ ਜਾਂਦੇ ਹਾਂ ਪਰ ਮੇਰੇ ਥਿੰਕਿੰਗ ਤਾਂ ਇਹ ਆ ਕਿ ਨਾ ਜਦੋਂ ਆਪਣੇ ਉੱਤੇ ਕੋਈ ਪ੍ਰੋਬਲਮ ਆਉਂਦੀ ਆ ਜਾਂ ਕਠਿਨਾਈ ਆਉਂਦੀ ਹੈ ਨਾ ਤਾਂ ਆਪਾਂ ਨੂੰ ਉਹਦੇ ਨਾਲ ਸਾਹਮਣਾ ਕਰਨਾ ਚਾਹੀਦਾ ਆਪਾਂ ਨੂੰ ਵੇ ਲੱਭਣਾ ਚਾਹੀਦਾ ਕਿ ਆਪਾਂ ਉਸ ਚੀਜ਼ ਤੋਂ ਕਿੱਦਾਂ ਨਿਕਲੀਏ ਦੇਖੋ ਜੇ ਆਪਾਂ ਹਾਰ ਮੰਨ ਕੇ ਬਹਿ ਜਾਵਾਂਗੇ ਜ਼ਿੰਦਗੀ ਤਾਂ ਆਪਾਂ ਨੂੰ ਇੱਕ ਵਾਰੀ ਦਿੱਤੀ ਹੈ ਰੱਬ ਨੇ ਹੁਣ ਦੂਸਰੇ ਜਨਮ 'ਚ ਕੀ ਪਤਾ ਆਪਾਂ ਕੀ ਬਣ ਕੇ ਆ ਜਾਣਾ ਤਾਂ ਫਿਰ ਆਪਾਂ ਉਸ ਤਾਂ ਕਰਾਂਗੇ ਨਹੀਂ ਮੇਰੇ ਨਾਲ ਇੱਕ ਛੋਟੀ ਜਿਹੀ ਪ੍ਰੋਬਲਮ ਹੋਈ ਸੀ ਜਾਂ ਵੱਡੀ ਪ੍ਰੋਬਲਮ ਹੋਈ ਸੀ ਤਾਂ ਮੈਂ ਆਪਣੀ ਜ਼ਿੰਦਗੀ 'ਚ ਨਿਰਾਸ਼ ਹੋ ਗਿਆ ਸੀਗਾ ਤਾਂ ਇਹ ਤੋਂ ਚੰਗਾ ਤੁਸੀਂ ਉਸ ਚੀਜ਼ ਨੂੰ ਪਿੱਛੇ ਰੱਖ ਕੇ ਅੱਗੇ ਵੱਧ ਜਾਣਾ ਚਾਹੀਦਾ ਹੈ ਆਪਾਂ ਨੂੰ ਜੇ ਆਪਾਂ ਅੱਗੇ ਵਧਾਂਗੇ ਨਾ ਤਾਂ ਹੀ ਆਪਣੀ ਜ਼ਿੰਦਗੀ ਨੂੰ ਜੀਵਾਂਗੇ ਔਰ ਲੋਕਾਂ ਲਈ ਇੱਕ ਇੱਕ ਮਤਲਬ ਕਿ ਉਸ ਸਿਚੁਏਸ਼ਨ 'ਚੋਂ ਨਿਕਲਣ ਦੀ ਨਾ ਇੱਕ ਭਾਵਨਾ ਹੋਰ ਆਊਗੀ ਕਿ ਹਾਂ ਅਸੀਂ ਕਿੱਦਾਂ ਨਿਕਲਣਾ ਆ ਔਰ ਇੱਕ ਇਗਜ਼ਾਮਪਲ ਸੈੱਟ ਹੋਣ ਲਈ ਨਾ ਆਪਣੇ ਆਪ ਨੂੰ ਬਹੁਤ ਬਹੁਤ ਪੀਸਣਾ ਪੈਂਦਾ ਆ ਕਿ ਜਿਵੇਂ ਪਹਿਲਾਂ ਤੁਸੀਂ ਦੱਸਿਆ ਕਿ ਮੈਂ ਦਿੱਲੀ ਰਹਿੰਦੇ ਸੀਗੇ ਉਸ ਤੋਂ ਬਾਅਦ ਤੁਸੀਂ ਪੰਜਾਬ ਆਏ ਟੀਚਰ ਬਣੇ ਦੁਬਈ ਗਏ ਫਿਰ ਤੁਸੀਂ ਇਹ ਕਾਰੋਬਾਰ ਕੀਤਾ ਤਾਂ ਇੱਥੋਂ ਤੱਕ ਪਹੁੰਚਣ ਲਈ ਕਿਉਂਕਿ ਮੈਨੂੰ ਲੱਗਦਾ ਕਿ ਦਿਮਾਗ ਨੂੰ ਬੜਾ ਕੰਟਰੋਲ 'ਚ ਰੱਖਣਾ ਪੈਂਦਾ ਦਿਲ ਨੂੰ ਬੜਾ ਸਮਝਾਉਣਾ ਪੈਂਦਾ ਤਾਂ ਸ਼ੁਰੂ ਤੋਂ ਇੰਨਾ ਖੁੱਲ੍ਹਾ ਸੁਭਾਅ ਸੀਗਾ ਕਿ ਜਾਂ ਇਹ ਹਾਲਾਤਾਂ ਨੇ ਕੀਤਾ ਦੇਖੀਏ ਤਾਂ ਆਪਾਂ ਜਿੱਦਾਂ ਦੀ ਮੇਰੀ ਸਟੱਡੀ ਹੋਈ ਹੈ ਸਕੂਲਿੰਗ ਹੋਈ ਹੈ ਤਾਂ ਉਸ ਹਿਸਾਬ ਨਾਲ ਮੈਂ ਤਾਂ ਕੋਵਿਡ ਸਕੂਲਾਂ 'ਚ ਪੜ੍ਹੀ ਹਾਂ ਮੁੰਡਿਆਂ ਦੇ ਨਾਲ ਪੜ੍ਹੀ ਹਾਂ ਦਿੱਲੀ ਜਦੋਂ ਅਸੀਂ ਪੜ੍ਹਦੇ ਸੀਗੇ ਮੈਂ 10th ਤੱਕ ਦਿੱਲੀ ਸਕੂਲਿੰਗ ਕੀਤੀ ਹੈ ਉਸ ਤੋਂ ਬਾਅਦ ਅਸੀਂ ਇੱਥੇ ਸ਼ਿਫਟ ਹੋਏ ਸਾਡੇ ਨਾਲ ਫੈਮਿਲੀ ਪ੍ਰੋਬਲਮ ਕੁਛ ਹੋ ਗਈ ਸੀਗੀ ਜਿਹਦੇ ਕਰਕੇ ਪ੍ਰੋਪਰਟੀ ਵਗੈਰਾ ਚਲੀ ਗਈ ਸਾਡੀ ਇੱਥੇ ਇੱਕ ਪਲੋਟ ਸੀਗਾ ਅਸੀਂ ਉਹ ਮਤਲਬ ਕਿ ਵੇਚ ਕੇ ਮਕਾਨ ਲੈ ਲਿਆ ਬਟ ਕਹਿੰਦੇ ਆ ਉਹ ਸੋਚ ਦੇ ਵਿੱਚ ਬਦਲਾਵ ਉਦੋਂ ਤੋਂ ਸ਼ੁਰੂ ਹੁੰਦਾ ਹੁਣ ਬੱਚਾ ਬਚਪਨ ਤੋਂ ਜਿਸ ਮਾਹੌਲ 'ਚ ਰਿਹਾ ਬੰਦਾ ਉੱਦਾਂ ਦਾ ਹੁੰਦਾ ਪਰ ਇੱਕਦਮ ਪੰਜਾਬ ਆਇਆ ਮਾਹੌਲ ਹੀ ਚੇਂਜ ਹੋ ਗਿਆ ਸੋਚ ਚੇਂਜ ਹੋ ਗਈ ਲੋਕਾਂ ਦੇ ਰਹਿਣ ਸਹਿਣ ਪਹਿਨਾਵਾ ਸਭ ਕੁਛ ਬਦਲ ਗਿਆ ਪਰ ਮੈਂ ਸੋਚਿਆ ਕਿ ਨਹੀਂ ਯਾਰ ਆਪਾਂ ਕਿਉਂਕਿ ਕਹਿੰਦੇ ਆ ਕਿ ਲੋਕ ਬੰਦੇ ਨੂੰ ਬਦਲਣ ਦੀ ਬਹੁਤ ਕੋਸ਼ਿਸ਼ ਕਰਦੇ ਆ ਪਰ ਉਹ ਬੰਦਾ ਬੰਦਾ ਨਹੀਂ ਹੈਗਾ ਜਿਹੜਾ ਬਦਲ ਜਾਵੇ ਔਰ ਆਪਣੇ ਗੁਰੂ ਨਾਨਕ ਜੀ ਨੇ ਵੀ ਕਿਹਾ ਸਾਰੇ ਗੁਰੂਆਂ ਨੇ ਬਸ ਇਹੀ ਕਿਹਾ ਕਹਿੰਦੇ ਜਦੋਂ ਆਪਾਂ ਨਾ ਰੱਬ ਦੇ ਅੱਗੇ ਜੇ ਝੁਕਣਾ ਨਾ ਤਾਂ ਰੱਬ ਦੇ ਅੱਗੇ ਝੁਕੀਦਾ ਹੁੰਦਾ ਕਿਸੇ ਇਨਸਾਨ ਦੇ ਅੱਗੇ ਨਹੀਂ ਝੁਕੀਦਾ ਹੁੰਦਾ ਕਿਉਂਕਿ ਇੱਕ ਹੁੰਦਾ ਆਪਾਂ ਸ਼ਿਕਸ਼ਾ ਲੈਣ ਲਈ ਕਿਸੇ ਦੇ ਅੱਗੇ ਝੁਕਦੇ ਹਾਂ ਕੁਛ ਸਿੱਖਣ ਲਈ ਉਹ ਹੁੰਦਾ ਨਮਰ ਹੋਣਾ ਜਾਂ ਆਪਾਂ ਵਿਨਮਰ ਹੋ ਰਹੇ ਉਹਦੇ ਅੱਗੇ ਇੱਕ ਝੁਕਣਾ ਹੁੰਦਾ ਉਹਦੀ ਚਮਚਾਗਿਰੀ ਕਰਨਾ ਆਪਾਂ ਤਾਂ ਮੇਰੇ ਖਿਆਲ ਤੋਂ ਆਪਾਂ ਚਮਚਾਗਿਰੀ ਕਰਕੇ ਕਦੇ ਵੀ ਉੱਪਰ ਤੱਕ ਲੈਵਲ ਤੱਕ ਨਹੀਂ ਪਹੁੰਚ ਸਕਦੇ ਕਿਉਂਕਿ ਉੱਪਰ ਲੈਵਲ ਤੱਕ ਪਹੁੰਚਣ ਲਈ ਆਪਾਂ ਨੂੰ ਹਾਰਡ ਵਰਕ ਕਰਨਾ ਪੈਂਦਾ ਜਿੰਨਾ ਆਪਾਂ ਆਪਣਾ ਹਾਰਡ ਵਰਕ ਕਰਾਂਗੇ ਨਾ ਇੱਕ ਦਿਨ ਜ਼ਿੰਦਗੀ 'ਚ ਇੱਕ ਦਿਨ ਆ ਜਾਂਦਾ ਜਿੱਦਣ ਪੂਰੀ ਦੁਨੀਆ ਤੁਹਾਨੂੰ ਜਾਣਨ ਲੱਗ ਪੈਂਦੀ ਹੈ ਹਾਰਡ ਵਰਕ ਤੁਸੀਂ ਤਾਂ ਕਰ ਰਹੇ ਹੋ ਨਾਲ ਫੈਮਿਲੀ ਵੀ ਕਰ ਰਹੀ ਹੈ ਮੈਂ ਦੇਖ ਰਿਹਾ ਕਿ ਤੁਹਾਡੇ ਮਦਰ ਬੜਾ ਸਾਥ ਦੇ ਰਹੇ ਨੇ ਤੁਹਾਡੇ ਪਿਤਾ ਜੀ ਵੀ ਪਿੱਛੇ ਬੈਠੇ ਨੇ ਤੁਹਾਡੇ ਬ੍ਰਦਰ ਨੇ ਨਾਲ ਸਾਰੀ ਫੈਮਿਲੀ ਫਿਰ ਹਾਂਜੀ ਹਾਂਜੀ ਕਿਉਂਕਿ ਦੇਖੋ ਸਰ ਜਦੋਂ ਕਹਿੰਦੇ ਨਾ ਕਿ ਆਪਣੀ ਮੁੱਠੀ ਦੇ ਅੰਦਰ ਬਹੁਤ ਦਮ ਹੁੰਦਾ ਜੇ ਆਪਾਂ ਇੱਕ ਉਂਗਲੀ ਨਾ ਆਪਾਂ ਕੋਈ ਚੀਜ਼ ਚੱਕਣ ਦੀ ਕੋਸ਼ਿਸ਼ ਕਰਾਂਗੇ ਉਹ ਨਹੀਂ ਚੱਕ ਹੋਊਗੀ ਪਰ ਜੇ ਆਪਾਂ ਪੂਰਾ ਹੱਥ ਮਿਲਾ ਲਾਂਗੇ ਨਾ ਤਾਂ ਪੀਪਾ ਵੀ ਚੱਕ ਲੈਣਾ ਆ ਤਾਂ ਉਹੀ ਆ ਕਿ ਹੁਣ ਇਸ ਚੀਜ਼ ਨੂੰ ਸ਼ਾਇਦ ਮੈਂ ਜੇ ਇਕੱਲੀ ਕਰਦੀ ਤਾਂ ਮੈਨੂੰ ਸਾਲ ਦੋ ਸਾਲ ਲੱਗ ਜਾਂਦੇ ਜਾਂ ਮੈਨੂੰ ਲੇਬਰ ਹੋਰ ਰਿਕਵਿਟ ਕਰਨੀ ਪੈਂਦੀ ਬਹੁਤ ਮੁਸ਼ਕਿਲਾਂ ਆਉਂਦੀਆਂ ਪਰ ਇਸ ਚੀਜ਼ 'ਚ ਮੈਂ ਕਹਿੰਦੀ ਮੇਰੀ ਫੈਮਿਲੀ ਬਹੁਤ ਕੋਆਪਰੇਟਿਵ ਆ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਅੱਜ ਮੇਰੇ ਨਾਲ ਖੜ੍ਹੇ ਆ ਤਾਂ ਅਸੀਂ ਇੱਕ ਮੁੱਠੀ ਬਣ ਕੇ ਉਸ ਮੁਸ਼ਕਿਲ ਤੋਂ ਨਿਕਲ ਰਹੇ ਹਾਂ ਔਰ ਸ਼ੋਰ ਸ਼ਾਰਟ ਮੈਂ ਇਹ ਚਾਹੁੰਦੀ ਹਾਂ ਕਿ ਦੇਖੋ ਆਪਣੀ ਫੈਮਿਲੀ ਦੇ ਅੰਦਰ ਯੂਨਿਟੀ ਰੱਖਣੀ ਬਹੁਤ ਜ਼ਰੂਰੀ ਹੈ ਫੈਮਿਲੀ ਕੀ ਆ ਰਿਲੀਜੀਅਸ ਕੀ ਆ ਹਰ ਦੇਸ਼ ਦਾ ਕੋਈ ਵੀ ਕੋਨਾ ਆਉਂਦਾ ਨਾ ਆਪਾਂ ਨੂੰ ਯੂਨਿਟੀ ਦੀ ਬਹੁਤ ਵੱਡੀ ਲੋੜ ਆ ਕਿਉਂਕਿ ਆਪਾਂ ਦੇਖੋ ਆਪਾਂ ਦੇਖਦੇ ਹਾਂ ਨੋਰਮਲੀ ਪੋਲੀਟਿਕਸ ਨੂੰ ਲੈ ਕੇ ਜਾਂ ਦੰਗੇ ਫਸਾਦ ਨੂੰ ਲੈ ਕੇ ਰਿਲੀਜੀਅਨ ਚੀਜ਼ਾਂ ਨੂੰ ਲੈ ਕੇ ਹੀ ਆਪਸ 'ਚ ਲੜਦੇ ਰਹਿੰਦੇ ਆ ਕਿ ਬਈ ਤੂੰ ਮੁਸਲਿਮ ਆ ਮੈਂ ਸਿੱਖ ਹਾਂ ਉਹ ਹਿੰਦੂ ਆ ਤਾਂ ਤੂੰ ਈਸਾਈ ਆ ਮੈਂ ਕਹਿੰਦੀ ਹਾਂ ਜਦੋਂ ਆਪਾਂ ਖਾਣੇ ਦੇ ਥਰੂ ਹੀ ਸਾਰਿਆਂ ਨੂੰ ਯੂਨਾਈਟ ਕਰ ਰਹੇ ਹਾਂ ਫਿਰ ਮਤਭੇਦ ਜਾਂ ਲੜਾਈ ਝਗੜਾ ਕਿਸ ਗੱਲ ਦਾ ਆਂਟੀ ਜੀ ਨਾਲ ਵੀ 2 ਮਿੰਟ ਗੱਲ ਕਰ ਲੈਂਦੇ ਆਂਟੀ ਜੀ ਸਤਿ ਸ਼੍ਰੀ ਅਕਾਲ ਤਾਂ ਬੜਾ ਵਧੀਆ ਲੱਗਿਆ ਤੁਹਾਡੇ ਨਾਲ ਮਿਲ ਕੇ ਸਾਰੀ ਫੈਮਿਲੀ ਨੂੰ ਤਾਂ ਬੜੀ ਵਧੀਆ ਤੁਹਾਡੀ ਮੈਨੂੰ ਲੱਗਦਾ ਵੀ ਇਹ ਤੁਹਾਡੀ ਸਭ ਤੋਂ ਵੱਡੀ ਕਮਾਈ ਹੈ ਕਿ ਤੁਹਾਡੇ ਬੱਚੇ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲ ਰਹੇ ਨੇ ਤਾਂ ਤੁਸੀਂ ਪਹਿਲਾਂ ਕਦੀ ਇਹ ਕੰਮ ਕੀਤਾ ਜਾਂ ਸਿੱਖਿਆ ਸੀਗਾ ਹਾਲਾਂਕਿ ਰਵਲੀਨ ਨੇ ਤਾਂ ਕਹਿੰਦੇ ਕਿ ਕੰਮ ਦੁਬਈ 'ਚ ਕੀਤਾ ਸੀ ਹਾਂਜੀ ਇਹਨਾਂ ਨੇ ਦੁਬਈ 'ਚ ਕੀਤਾ ਲੇਕਿਨ ਮੈਂ ਕੀਤਾ ਨਹੀਂ ਮੈਂ ਘਰ ਸਿੱਖਿਆ ਜੋ ਰਵਲੀਨ ਨੇ ਸਿਖਾ ਹਾਂਜੀ ਮੈਂ ਸਿਰਫ ਜਿਸ ਟਿੱਕੀ ਵਗੈਰਾ ਜੇ ਬਣਾਉਂਦੀ ਬਾਕੀ ਸਾਰਾ ਕੰਮ ਜੇ ਸੰਭਾਲਦੀ ਹੈ ਤੁਸੀਂ ਇੱਥੇ ਕਿੰਨੇ ਵਜੇ ਆ ਜਾਂਦੇ ਹੋ ਕਿੰਨੇ ਵਜੇ ਤੱਕ ਰਹਿੰਦੇ ਹੋ ਅਸੀਂ 5:30 ਵਜੇ ਆ ਜਾਂਦੇ ਹਾਂ ਔਰ 10:30 ਵਜੇ ਕਲੋਜ਼ ਕਰ ਦਿੰਦੇ ਹਾਂ ਅੰਕਲ ਜੀ ਹੁਣੀ ਵੀ ਬ੍ਰਦਰ ਵੀ ਛੋਟਾ ਬੇਟਾ ਵੀ ਤੁਹਾਡਾ ਨਾਲ ਇੱਥੇ ਹੀ ਹੁੰਦਾ ਹੈ ਹਾਂਜੀ ਜੀ ਰਹਿੰਦਾ ਹੈ ਇੱਥੇ ਹੀ ਰਹਿੰਦਾ ਹੈ
ਮੈਨੂੰ ਦੱਸ ਰਹੇ ਸੀ ਅੰਕਲ ਜੀ ਕਹਿੰਦੇ ਹਾਲਾਤ ਬੜੇ ਵਧੀਆ ਸੀ ਪਹਿਲਾਂ ਬਾਅਦ 'ਚੋਂ ਚੇਂਜ ਹੋ ਗਈ ਤਾਂ ਇਹ ਕੰਮ ਫਿਰ ਇੱਥੋਂ ਤੱਕ ਆਉਣਾ ਪਿਆ ਫਿਰ ਤਾਂ ਉਦੋਂ ਕਿਹੋ ਜਿਹੇ ਹਾਲਾਤ ਸੀਗੇ ਕਿਉਂਕਿ ਤੁਸੀਂ ਹੰਢਾਏ ਨੇ ਉਹ ਜ਼ਿਆਦਾ ਤੁਸੀਂ ਕੀ ਮਤਲਬ ਕੀ ਭਾਵਨਾਵਾਂ ਸੀਗੀਆਂ ਤੁਹਾਡੀਆਂ ਉਦੋਂ ਹਾਲਾਤ ਬਹੁਤ ਖਰਾਬ ਹੋ ਚੁੱਕੇ ਸੀ ਮੈਂ ਇਹੀ ਸੋਚ ਰਹੀ ਸੀ ਪਤਾ ਨਹੀਂ ਹੁਣ ਕੀ ਹੋਊਗਾ ਲੇਕਿਨ ਫਿਰ ਵੀ ਕਹਿੰਦੇ ਕਿ ਪਰਮਾਤਮਾ ਦੀ ਇੱਕ ਰੋਸ਼ਨੀ ਹੁੰਦੀ ਹੈ ਰਾਸਤਾ ਦਿਖਾਉਂਦਾ ਪਰਮਾਤਮਾ ਇਸ ਕਰਕੇ ਮੇਰੀ ਬੇਟੀ ਜਿੱਦਾਂ ਬਾਹਰ ਗਈ ਆਣ ਕੇ ਅਸੀਂ ਕੰਮ ਖੋਲਿਆ ਆਣ ਕੇ ਮਤਲਬ ਹੁਣ ਥੋੜ੍ਹਾ ਜਿਹਾ ਸਾਨੂੰ ਲੱਗਦਾ ਕਿ ਅਸੀਂ ਕਾਮਯਾਬ ਹੋ ਜਾਵਾਂਗੇ ਰਵੀਨ ਇਹ ਵੀ ਗੱਲ ਹੈ ਕਿ ਕਈ ਵਾਰੀ ਤੁਸੀਂ ਹੁਣ ਜਿਵੇਂ ਸ਼ਾਮ ਨੂੰ ਆਉਣਾ ਤੁਹਾਨੂੰ ਹਨੇਰਾ ਵੀ ਹੋ ਜਾਣਾ ਕਈ ਤਰ੍ਹਾਂ ਦੇ ਲੋਕ ਆਉਂਦੇ ਨੇ ਫਿਰ ਟੈਕਲ ਕਿਵੇਂ ਕਰਦੇ ਹੋ ਫਿਰ ਦੇਖੋ ਜੀ ਮੈਂ ਕਹਿੰਦੀ ਹਾਂ ਕਿ ਅਗਰ ਤਾਂ ਆਪਾਂ ਖੜ ਗਏ ਹਾਂ ਨਾ ਡੰਡਾ ਲੈ ਕੇ ਮਤਲਬ ਕਿ ਇਨ ਦਾ ਸੈਂਸ ਆਪਾਂ ਜੇ ਸੋਚ ਲਿਆ ਹੈ ਕਿ ਆਪਾਂ ਖੜ ਕੇ ਕੰਮ ਕਰਨਾ ਹੀ ਆ ਫਿਰ ਸ਼ਰਮ ਸ਼ੁਰਮ ਸਭ ਕੁਝ ਸਾਈਡ 'ਤੇ ਕਰ ਦਿਉ ਇਹ ਵੀ ਭੁੱਲ ਜਾਓ ਕਿ ਕੋਈ ਛੇੜੂਗਾ ਤਾਂ ਕੋਈ ਆ ਕੇ ਤੁਹਾਨੂੰ ਟੋਨ ਮਾਰੂਗਾ ਕਿਉਂਕਿ ਬਈ ਜੇ ਤੁਸੀਂ ਸ਼ਰਮ ਕਰਨ ਲੱਗ ਪਏ ਆ ਇਹਨਾਂ ਚੀਜ਼ਾਂ ਨੂੰ ਦੇਖਣ ਲੱਗ ਪਏ ਨਾ ਫਿਰ ਤੁਸੀਂ ਕੰਮ ਨਹੀਂ ਕਰ ਸਕਦੇ ਜੇ ਤੁਸੀਂ ਕੰਮ ਕਰਨਾ ਨਾ ਫਿਰ ਆਪਣੇ ਦਿਮਾਗ ਕਹਿੰਦੇ ਇੱਕ ਜਨੂੰਨ ਹੁੰਦਾ ਉਸ ਜਨੂੰਨ ਨੂੰ ਪਾਲ ਲਓ ਇੱਕ ਲੋਕਾਂ ਨੂੰ ਹੁੰਦਾ ਨਾ ਆਰਮੀ ਆਪਾਂ ਕੀ ਦੇਖਿਆ ਆਪਾਂ ਕਦੇ ਮਿਲਟਰੀ ਦੇ ਫੌਜੀਆਂ ਨੂੰ ਲੜਦੇ ਦੇਖਿਆ ਉਹ ਇਹ ਨਹੀਂ ਸੋਚਦੇ ਕਿ ਅਸੀਂ ਮਰ ਜਾਣਾ ਜਾਂ ਅਸੀਂ ਮਰ ਗਏ ਤਾਂ ਸਾਡੇ ਪਿੱਛੇ ਫੈਮਿਲੀ ਨੂੰ ਕੌਣ ਦੇਖਾਓ ਉਹਨਾਂ ਨੂੰ ਉਸ ਟਾਈਮ 'ਤੇ ਇੱਕ ਟਾਰਗੇਟ ਹੁੰਦਾ ਅਸੀਂ ਜਿੱਤ ਕੇ ਜਾਣਾ ਜਿੱਦਾਂ ਮਰਜ਼ੀ ਕਰਕੇ ਤਾਂ ਅਸੀਂ ਵੀ ਹਾਂਜੀ ਅੱਜ ਉਸੇ ਮੋਟਿਵ ਨੂੰ ਲੈ ਕੇ ਤਾਂ ਲੈ ਲਈਏ ਕਿ ਨਹੀਂ ਅਸੀਂ ਸੇਲ ਕਰਨੀ ਕਰਨੀ ਆ ਅਸੀਂ ਅੱਗੇ ਵਧਣਾ ਹੀ ਵਧਣਾ ਅਸੀਂ ਕੁੜੀਆਂ ਨੂੰ ਅੱਗੇ ਵਧਾਉਣਾ ਆ ਅਸੀਂ ਲੋਕਾਂ ਨੂੰ ਮੈਸੇਜ ਦੇਣਾ ਆ ਅਸੀਂ ਪੋਜ਼ਿਟਿਵ ਚੀਜ਼ ਵਧਾਉਣੀ ਆ ਤਾਂ ਅਸੀਂ ਵੀ ਅੱਜ ਖੜੇ ਹੀ ਆ ਨਾ ਦੇਖੋ ਸਰ ਆਪਣੀ ਜਿੱਦਾਂ ਆਪਣੀ ਕੰਟਰੀ ਆ ਜਾਂ ਹਰ ਕਿੱਥੇ ਦੇਖੋ ਤੁਸੀਂ ਪੋਜ਼ਿਟਿਵ ਲੋਕ ਵੀ ਆ ਨੈਗੇਟਿਵ ਵੀ ਆ ਹੁਣ ਆਪਾਂ ਇਹ ਤਾਂ ਨਹੀਂ ਕਰ ਸਕਦੇ ਨਾ ਕਿ ਨੈਗੇਟਿਵ ਲੋਕਾਂ ਨੂੰ ਸਾਈਡ 'ਤੇ ਕਰ ਦਈਏ ਕਿਉਂਕਿ ਆਪਾਂ ਜੇ ਪੋਜ਼ਿਟਿਵ ਹਾਂ ਤਾਂ ਆਪਣਾ ਇਹ ਫਰਜ਼ ਬਣਦਾ ਕਿ ਆਪਾਂ ਨੈਗੇਟਿਵ ਨੂੰ ਵੀ ਪੋਜ਼ਿਟਿਵ ਬਣਾਈਏ ਦੇਖੋ ਅੱਜ ਆਪਾਂ ਪੋਜ਼ਿਟਿਵ ਹਾਂ ਆਪਾਂ ਕੁਛ ਨਾ ਕੁਛ ਪੋਜ਼ਿਟਿਵ ਚੀਜ਼ਾਂ ਦੇ ਰਹੇ ਆ ਨੈਗੇਟਿਵ ਬੰਦਾ ਰੋਜ਼ ਸੁਣ ਰਿਹਾ ਕਿਤੇ ਨਾ ਕਦੇ ਕਦੇ ਨਾ ਕਦੇ ਜਾ ਕੇ ਤਾਂ ਉਹ ਵੀ ਪੋਜ਼ਿਟਿਵ ਹੋ ਜੂਗਾ ਨਾ ਤਾਂ ਉਸ ਚੀਜ਼ ਦਾ ਕਿੰਨਾ ਸਵਾਦ ਆਊਗਾ ਜਦੋਂ 10 ਨੈਗੇਟਿਵ ਬੰਦੇ ਤੁਸੀਂ 8 ਪੋਜ਼ਿਟਿਵ ਕਰਤੇ ਬਸ 2 ਹੀ ਰਹਿ ਗਏ ਉਹ 8 ਮਿਲ ਕੇ ਉਹ 2 ਨੂੰ ਵੀ ਕਰ ਦੂਗੇ ਪੋਜ਼ਿਟਿਵ ਆਪਣਾ ਕੰਟਰੀ ਬਹੁਤ ਵਧੀਆ ਹੋ ਜਾਣੀ ਹੈ ਇਸ ਚੀਜ਼ ਨਾਲ ਤਾਂ ਤੁਸੀਂ ਸ਼ੁਰੂ ਤੋਂ ਹੀ ਇੰਨੀਆਂ ਚੰਗੀਆਂ ਕਰਦੇ ਸੀਗੇ ਕਿ ਜਾਂ ਟੀਚਰ ਬਣਨ ਤੋਂ ਬਾਅਦ ਸਿੱਖੀਆਂ ਜਾਂ ਦੁਬਈ ਜਾਣ ਤੋਂ ਬਾਅਦ ਸਿੱਖੀਆਂ ਦੇਖੋ ਸਰ ਇੱਕ ਕਹਿੰਦੇ ਆ ਨਾ ਕਿ ਜੇ ਐਜੂਕੇਸ਼ਨ ਆ ਇਹ ਤੁਹਾਨੂੰ ਬਹੁਤ ਕੁਛ ਸਿਖਾਉਂਦੀ ਆ ਹੁਣ ਦੇਖੋ ਮੈਂ ਗ੍ਰੈਜੂਏਸ਼ਨ ਕੀਤੀ ਹੋਈ ਆ ਗ੍ਰੈਜੂਏਸ਼ਨ ਤੋਂ ਪਹਿਲਾਂ ਮੈਂ 11-12 'ਚ ਕਾਮਰਸ ਕੀਤੀ ਸੀ ਬਿਜ਼ਨਸ ਸਟੱਡੀ ਕੀਤੀ ਅਕਾਊਂਟੈਂਸੀ ਕੀਤੀ ਇਕਨੋਮਿਕਸ ਕੀਤੀ ਉਹਨਾਂ ਵਿੱਚ ਇਹ ਸਾਰੀਆਂ ਚੀਜ਼ਾਂ ਅਸੀਂ ਪੜ੍ਹੀਆਂ ਹੋਈਆਂ ਪਰ ਆਪਣੇ 'ਤੇ ਕਦੇ ਲਾਗੂ ਨਹੀਂ ਕੀਤੀਆਂ ਸੀਗੀਆਂ ਪੜ੍ਹਦੇ ਸੀਗੇ ਪੜ੍ਹ ਕੇ ਬੱਚਿਆਂ ਨੂੰ ਪੜ੍ਹਾਉਂਦੇ ਸੀਗੇ ਬਟ ਜਦੋਂ ਲਾਈਫ ਦੀ ਦੌੜ 'ਚ ਖੜ੍ਹੇ ਹੋ ਗਏ ਨਾ ਫਿਰ ਇਹ ਚੀਜ਼ਾਂ ਕਹਿੰਦੇ ਆ ਜਿਹੜੀ ਲਿਖਾਈ ਵਾਲੀ ਪੜ੍ਹਾਈ ਸੀ ਨਾ ਉਹ ਹੁਣ ਆਪਣੇ ਐਗਜ਼ਾਮਪਲ ਦੇ ਵਿੱਚ ਆ ਗਈ ਹੁਣ ਆਪਾਂ ਉਹਨੂੰ ਆਪਣੀ ਲਾਈਫ ਦੇ ਅੰਦਰ ਯੂਜ਼ ਕਰਨ ਲੱਗ ਪਏ ਪੜ੍ਹਾਈ ਅਸਲੀ ਉਹੀ ਆ ਜਿਹਨੂੰ ਤੁਸੀਂ ਆਪਣੀ ਜ਼ਿੰਦਗੀ 'ਚ ਲੈ ਕੇ ਆਓ ਕਿਤਾਬੀ ਪੜ੍ਹਾਈ ਇਕੱਲੀ ਪੜ੍ਹ ਕੇ ਆਪਣੇ ਦਿਮਾਗ 'ਚ ਰੱਖ ਲਈ ਨੰਬਰ ਲੈ ਲਏ ਫਿਰ ਉਸ ਤੋਂ ਬਾਅਦ ਛੱਡ ਦਿੱਤਾ ਇਹ ਪੜ੍ਹਾਈ ਨਹੀਂ ਹੈਗੀ ਤੁਸੀਂ ਉਹਨੂੰ ਆਪਣੀ ਜ਼ਿੰਦਗੀ ਦੇ ਅੰਦਰ ਵਰਤੋ ਜੇ ਕਹਿੰਦੇ ਨਾ ਕਿ ਤੁਸੀਂ ਉਹਨੂੰ ਆਪਣੀ ਜ਼ਿੰਦਗੀ 'ਚ ਵਰਤ ਰਹੇ ਹੋ ਨਾ ਫਿਰ ਤੁਹਾਡੀ ਉਸ ਪੜ੍ਹਾਈ ਦਾ ਵੀ ਫਾਇਦਾ ਆ ਔਰ ਉਸ ਚੀਜ਼ 'ਤੇ ਲਾਏ ਹੋਏ ਪੈਸੇ ਨੂੰ ਜਿਹੜੇ ਤੁਸੀਂ ਪੜ੍ਹਾਈ ਦੇ ਉੱਪਰ ਇਨਵੈਸਟ ਕੀਤਾ ਆ ਉਹਦਾ ਵੀ ਫਾਇਦਾ ਹੈ ਅੰਕਲ ਜੀ ਅੰਕਲ ਹੁਣ ਨਾ ਵੀ 2 ਮਿੰਟ ਜ਼ਰੂਰ ਅਸੀਂ ਗੱਲ ਕਰਾਂਗੇ ਤਾਂ ਅੰਕਲ ਕਿਵੇਂ ਲੱਗਦਾ ਜਦੋਂ ਬੇਟੀ ਇੰਨੀਆਂ ਵਧੀਆ ਗੱਲਾਂ ਕਰਦੀ ਹੈ ਸਿੱਖਿਆਵਾਂ ਵਾਲੀਆਂ ਗੱਲਾਂ ਨੇ ਸਾਨੂੰ ਬੜਾ ਕੁਛ ਸਿੱਖਣ ਨੂੰ ਮਿਲਿਆ ਤਾਂ ਜਦੋਂ ਇਹ ਕੰਮ ਕਰਦੇ ਨੇ ਫਿਰ ਨਾਲ ਤੁਸੀਂ ਹੌਸਲਾ ਬਣ ਕੇ ਖੜ੍ਹਦੇ ਹੋ ਫਿਰ ਹਾਂਜੀ ਮੈਂ ਤਾਂ ਇਸੀ ਇੰਡਸਟਰੀ 'ਚ ਅਸੀਂ ਸੰਨਿਆਸ ਲੈ ਲਿਆ ਸੀ ਪੰਜਾਬ ਆ ਕੇ ਦੇਖਿਆ ਸੀ ਕਿ ਉਹ ਸਿਸਟਮ ਨਹੀਂ ਹੈ ਇੰਗਲਿਸ਼ ਦਿੱਲੀ ਵਾਲਾ ਸਿਸਟਮ ਇੱਥੇ ਨਹੀਂ ਸਾਨੂੰ ਅਡੋਪਟ ਕਰ ਰਿਹਾ ਨਾ ਉਹ ਵੈਜਿਸ ਮਿਲ ਰਹੀ ਹੈ ਮਜ਼ਦੂਰਾਂ ਨੂੰ ਉਹ ਸੈਲਰੀ ਵੀ ਨਹੀਂ ਮਿਲ ਰਹੀ ਚਮਚਾਗਿਰੀ ਜ਼ਿਆਦਾ ਹੈ ਅਤੇ ਕਰਪਸ਼ਨ ਜ਼ਿਆਦਾ ਜਿਸ ਕਰਕੇ ਮੈਂ ਬੜੀ ਕੋਸ਼ਿਸ਼ ਕੀਤੀ 1.5 ਸਾਲ ਲੇਕਿਨ ਉਸ ਤੋਂ ਬਾਅਦ ਹਾਰ ਕੇ ਮੈਂ ਸੰਨਿਆਸ ਲੈ ਲਿਆ ਮੇਰੀ ਬੇਟੀ ਨੇ ਫਿਰ ਦੁਬਾਰਾ ਮਤਲਬ ਇਹ ਉਦੋਂ ਪੜ੍ਹਦੀ ਸੀ ਅਤੇ ਸਟਰਗਲ ਸ਼ੁਰੂ ਤੋਂ ਹੀ ਇਹਨਾਂ ਦੇ ਦਿਮਾਗ 'ਚ ਸੀਗਾ ਅਤੇ ਮੈਂ ਦੇਖਦਾ ਸੀ ਮੈਂ ਕਿਹਾ ਇਹੀ ਓ ਮੇਰੀ FDIਆਂ ਆਪ ਘਰਵਾਲੀ ਨਾਲ ਗੱਲ ਕਰਨਾ ਮੈਂ ਕਿਹਾ ਆਪਾਂ ਪੜ੍ਹਾ ਕੇ ਬੱਚੇ ਕੱਲ੍ਹ ਨੂੰ ਵੱਡੇ ਹੋਣਗੇ ਤਾਂ ਸਾਡੀ ਜ਼ਰੂਰ ਕੁਦਰਤ ਨੇਚਰ ਚੇਂਜ ਕਰੂਗਾ ਗਰੀਬੀ ਨੂੰ ਦੂਰ ਕਰੂਗਾ ਅਤੇ ਅੱਜ ਮੈਨੂੰ ਲੱਗ ਰਿਹਾ ਹੈ ਉਹ ਵਕਤ ਆ ਚੁੱਕਿਆ ਕਿ ਮੇਰੇ ਬੱਚੇ ਮੇਰੇ ਨਾਲ ਖੜ੍ਹੇ ਹੈ ਤਾਂ ਉਹ ਪੂਰੀ ਹਿੰਮਤ ਨਾਲ ਮੌਕੇ ਨੂੰ ਸੰਭਾਲਦੇ ਪਏ ਹੈ ਔਰ ਮਤਲਬ ਇਹ ਸਿੱਖੀ ਧਰਮ ਦੇ ਕਰਕੇ ਕਹਿ ਲਓ ਕਿ ਇਹ ਗੁਰੂ ਸਾਹਿਬ ਦੀ ਉਹ ਕੁਰਬਾਨੀਆਂ ਵੀ ਯਾਦ ਹੈ ਇਹਨਾਂ ਨੂੰ ਕਹਿੰਦੇ ਉਹਨਾਂ ਦੇ 4 ਸ਼ਹੀਦ ਹੋਏ ਅਤੇ ਪਾਪਾ ਅਸੀਂ ਤਾਂ ਕੋਈ ਗੱਲ ਨਹੀਂ ਰਾਤੀ 11 ਵਜੇ ਤਾਂ ਗੇੜਾ ਆ ਰਿਹਾ ਤੁਸੀਂ ਗੇੜਾ ਲਾ ਕੇ ਆਓ ਇਸ ਮੋਟੀਵੇਸ਼ਨ ਮਤਲਬ ਬੱਚਿਆਂ ਤੋਂ ਜਦੋਂ ਮੈਂ ਸੁਣਦਾ ਮੈਂ ਕਿਹਾ ਬੇਟੇ ਮਰਨਾ ਤਾਂ ਇੱਕ ਦਿਨ ਹੈ ਬਾਕੀ ਜ਼ਿੰਦਗੀ ਜੀਣਾ ਅਤੇ ਕੁਛ ਕਰੋਗੇ ਤਾਂ ਕੁਛ ਆਊਗਾ ਸਾਡੇ ਕੋਲ
ਤਾਂ ਜਿਵੇਂ ਆਟੋ ਚਲਾਉਂਦੇ ਹੋ ਦਿਨੇ, ਫਿਰ ਕਿੱਥੇ ਇੱਥੇ ਫਗਵਾੜੇ 'ਚ ਹੀ ਆਟੋ ਚਲਾਉਂਦੇ? ਫਗਵਾੜੇ 'ਚ ਹੁਣ ਸ਼ਾਮ ਨੂੰ ਵੀ ਕਈ ਵਾਰ ਲਵਲੀ ਦਾ ਗੇੜਾ ਆ ਜਾਂਦਾ ਅਤੇ ਉਹ ਪੈਸੇ ਤਾਂ ਜ਼ਰੂਰੀ ਦੀ ਹੈ ਬੱਚਿਆਂ ਨੂੰ ਅੱਗੇ ਲਿਆਉਣ ਵਾਸਤੇ। ਮੇਨ ਤਾਂ ਇਕੋਨੋਮੀ ਹੈ ਜਿਹੜੀ ਵਧਾਉਣਾ ਚਾਹੁੰਦੇ ਹਾਂ ਅਸੀਂ। ਸਵੇਰੇ ਤੁਸੀਂ ਪਹਿਲਾਂ ਆਟੋ ਚਲਾਉਂਦੇ ਹੋ ਅਤੇ ਸ਼ਾਮ ਆਟੋ ਚਲਾ ਕੇ ਜੋ ਵੀ ਬਣਿਆ ਅੱਜ ਦਾ 150 ਰੁਪਏ ਬਣਿਆ ਉਹ ਇਹਨਾਂ ਦੇ ਨਾਲ ਬਸ ਰਲ ਮਿਲ ਕੇ ਅਸੀਂ ਘਰ ਨੂੰ ਚਲਾ ਰਹੇ ਹਾਂ। ਮਤਲਬ ਅੱਜ 150 ਰੁਪਈਆ ਤੁਸੀਂ ਕਮਾਇਆ? ਤੇਲ ਕੱਢ ਕੇ, ਹਾਂਜੀ 200 ਦਾ ਤੇਲ ਪਾਇਆ ਅਤੇ ਉਹ ਤੇਲ ਨਿਕਲਿਆ ਅਤੇ 150 ਮਤਲਬ 350 ਰੁਪਏ ਬਣਿਆ। ਅਤੇ ਮੈਂ ਕਿਹਾ ਯਾਰ ਐਵੇਂ ਟਾਇਰ ਇੰਜਣ ਹੀ ਜ਼ਿਆਦਾ ਘਿਸ ਰਹੇ ਆ, ਉਹ ਨਹੀਂ ਬੁਕਤ ਨਹੀਂ ਪੈ ਰਹੀ, ਚਾਰ ਸਮਾਂ ਚਾਰ ਹੋ ਜਾਂਦਾ, ਵਕਤ ਨੇ ਤਾਂ ਆਪਣੇ ਚਾਲ 'ਚ ਚੱਲਣਾ ਜੀ। ਅਤੇ ਕਿਸਮਤ ਤੁਹਾਡੀ ਪਰਮਾਤਮਾ ਨੇ ਲਿਖੀ ਆ, ਜਿੱਥੇ ਕਦੀ ਕਦੀ ਇੱਕ ਬੰਦਾ ਹੀ ਬਣਾ ਜਾਂਦਾ 500-600 ਦੇ ਜਾਂਦਾ। ਗੱਲ ਕਰ ਰਿਹਾ ਜਿਵੇਂ ਰਵਲੀਨ ਨਾਲ ਕਰ ਰਿਹਾ, ਆਂਟੀ ਨਾਲ ਕਰ ਰਿਹਾ, ਤੁਹਾਡੇ ਨਾਲ ਕਰ ਰਿਹਾ, ਬੜੀ ਪੋਜ਼ੀਟਿਵ ਜੀ ਚੀਜ਼ ਮੈਨੂੰ ਪੋਜ਼ੀਟਿਵ ਵਾਈਬਸ ਆ ਰਹੀਆਂ ਨੇ। ਇਹ ਪੋਜ਼ੀਟਿਵਿਟੀ ਤੁਸੀਂ ਕਿੱਥੋਂ ਲੈ ਕੇ ਆਉਂਦੇ? ਕਿਉਂਕਿ 150 ਰੁਪਈਆ ਜੇ ਤੁਸੀਂ ਕਮਾਇਆ ਇੱਥੇ, ਫਿਰ ਆ ਕੇ ਮਿਹਨਤ ਕਰਨੀ ਰਾਤ 11 ਵਜੇ ਤੱਕ ਕਰਨਾ ਹੀ ਹੈ, ਇਹ ਵਕਤ ਦੇ ਨਾਲ ਸੰਘਰਸ਼ ਤਾਂ ਕਰਨਾ ਹੀ ਪੈਣਾ। ਉਹ ਮੈਂ ਵੀ ਕਰ ਰਿਹਾ, ਮੇਰੇ ਬੱਚੇ ਵੀ ਕਰ ਰਹੇ ਆ, ਇੰਨੇ ਛੋਟੇ ਛੋਟੇ ਬੱਚੇ, ਮੈਂ ਕਹਿੰਦਾ ਉਹ 8ਵੀਂ 'ਚ ਪੜ੍ਹਦਾ, ਉਹ ਵੀ ਆ ਕੇ ਘਰ ਆਰਾਮ ਨਹੀਂ ਕਰਨਾ ਚਾਹੁੰਦਾ। ਛੋਟੀ ਕੁੜੀ ਮੇਰੀ ਉੱਥੇ ਘਰ ਬੈਠੀ ਟਿਊਸ਼ਨ ਪੜ੍ਹਾ ਰਹੀ ਹੈ, ਪਤਾ ਵੀ ਅਸੀਂ ਜਿਸ ਸਟੈਂਡਰਡ ਤੋਂ ਗਿਰੇ ਹਾਂ ਉਹਨੂੰ ਕੈਚ ਕਰਨਾ। ਅਤੇ ਮੈਂ ਇਹਨਾਂ ਨੂੰ ਕਿਹਾ ਆਪਾਂ ਜੀ ਓਸ਼ੋ ਦੀ ਕੁਛ ਗੱਲਾਂ ਪੜ੍ਹੀਆਂ ਸੀ, ਕੁਛ ਮੈਂ ਇਹੋ ਜਿਹੇ ਪੜ੍ਹਦਾ ਅਤੇ ਗੁਰੂ ਗੋਬਿੰਦ ਸਿੰਘ ਨੇ ਇੱਥੇ ਤੱਕ ਪਹੁੰਚੇ, ਅਸੀਂ ਕਿਉਂ ਨਹੀਂ ਪਹੁੰਚ ਸਕਦੇ? ਉਹ ਇਹਨਾਂ ਦੇ ਵਿੱਚ ਮੋਟਿਵ ਕੀਤਾ ਆ, ਉਹ ਇਹਨਾਂ ਦੇ ਬਲੱਡ ਦੇ ਵਿੱਚ ਹੈਗਾ, ਜਿਸ ਕਰਕੇ ਇਹਦੇ ਨਾਲ ਦੀਆਂ ਕੁੜੀਆਂ 6-6 ਮਹੀਨੇ 'ਚ ਭੱਜ ਆਈਏ, 1.5-2 ਸਾਲ ਇਹਨੇ ਲਾਇਆ, ਆ ਕੇ ਫਿਰ ਨਹੀਂ ਬੈਠੀ। ਮੰਮੀ ਜੋਬ ਇੱਕ ਬਣ ਗਈ ਹੈ ਅਤੇ ਹੈਦਰਾਬਾਦ ਚੱਲਦੇ ਹਾਂ, 4 ਸਾਲ ਟੋਟਲ ਇਸ ਫੀਲਡ 'ਚ ਹੋ ਗਿਆ, ਇਸ ਤੋਂ ਪਹਿਲੇ ਇਹ ਟੀਚਰੀ ਦੇ ਵਿੱਚ ਸੀ। ਅਤੇ ਮੈਂ ਇਹਨੂੰ ਦੇਖਿਆ, ਮੈਂ ਕਿਹਾ ਬੱਚਾ ਕਰ ਸਕਦਾ, ਅਤੇ ਕਹਿੰਦੇ ਪਾਪਾ ਪਰਸਨਲ ਲੋਨ ਲੈ ਲਿਆ ਜਿਹੜਾ ਕਿ ਡਬਲ ਵਿਆਜ ਦੇ ਉੱਤੇ ਹੈ। ਮੈਂ ਤਾਂ ਅੱਜ ਤੁਹਾਡੇ ਮਾਧਿਅਮ ਦੇ ਹਿਸਾਬ ਨਾਲ ਉਹਨਾਂ ਨੂੰ ਵੀ ਫਾਈਨੈਂਸਰਾਂ ਨੂੰ ਕਹਿਣਾ ਚਾਹੁੰਦਾ, ਕੋਈ ਗਰੀਬ ਪਰਿਵਾਰ ਵੀ ਹੁੰਦਾ, ਕੋਈ ਸਾਡੇ ਵਰਗਾ ਮਜ਼ਦੂਰ ਮਜਬੂਰੀ 'ਚ ਸੰਘਰਸ਼ ਕਰਕੇ ਅੱਗੇ ਨਿਕਲਣਾ ਚਾਹੁੰਦਾ, ਤੁਸੀਂ ਆਪਣੇ ਵਿਆਜ ਦੇ ਇੰਟਰਸਟ ਰੇਟ ਜਿਹੜਾ ਲੋ ਕਰੋ, 1.25 ਲੱਖ ਬੰਦੇ ਨੂੰ ਜ਼ਿਆਦਾ ਆਖਰ 1.25 ਲੱਖ 'ਚ ਤੁਸੀਂ 1,95,000 ਚਾਰਜ ਕਰ ਰਹੇ ਹੋ, ਦੈਟ ਇਜ਼ ਨੋਟ ਏ ਗੁੱਡ। ਪਰਮਾਤਮਾ ਨੂੰ ਲੇਖਾ ਇਹਨਾਂ ਨੂੰ ਦੇਣਾ ਪੈਣਾ, ਇਹ ਬਜਾਜ ਫਾਈਨੈਂਸ ਵਾਲਿਆਂ ਦੀ ਉੱਤੇ ਗੱਲ ਕਰ ਰਿਹਾ। ਰਵਲੀਨ, ਸੁਪਨਾ ਕੀ ਅੱਗੇ ਦੇਖਦੇ ਹੋ? ਕਿਉਂਕਿ ਅਜੇ ਤਾਂ ਤੁਹਾਡੀ ਸ਼ੁਰੂਆਤ ਹੈ, ਤਾਂ ਤੁਹਾਡੇ ਫਾਦਰ ਸਾਹਿਬ ਨੇ ਤੁਹਾਡੇ ਤੋਂ ਬੜੀਆਂ ਉਮੀਦਾਂ ਨੇ, ਬੇਟੇ ਤੋਂ ਬੜੀਆਂ ਉਮੀਦਾਂ ਨੇ, ਛੋਟੀ ਗੁੜੀਆ ਤੋਂ ਬਹੁਤ ਉਮੀਦਾਂ ਨੇ, ਤੁਹਾਡਾ ਕੀ ਸੁਪਨਾ ਹੈ ਮਾਤਾ ਪਿਤਾ ਨੂੰ ਲੈ ਕੇ? ਦੇਖੋ ਸਰ, ਮੇਰਾ ਸੁਪਨਾ ਇਹੀ ਆ ਕਿ ਮੈਨੂੰ ਪਤਾ ਉਸ ਸੁਪਨੇ ਨੂੰ ਪੂਰਾ ਕਰਨ ਲਈ ਹਾਲੇ ਬਹੁਤ ਟਾਈਮ ਲੱਗਣਾ, ਬਹੁਤ ਸੰਘਰਸ਼ ਕਰਨਾ ਪੈਣਾ, ਬਹੁਤ ਮਿਹਨਤ ਆ। ਪਰ ਸੁਪਨਾ ਇੱਕ ਇੱਦਾਂ ਹੀ ਆ ਕਿ ਇੱਕ ਰੈਸਟੋਰੈਂਟ ਬਣਾਈਏ, ਉਹ ਤੋਂ ਪਹਿਲਾਂ ਇੰਨੇ ਕੀ ਪਾਂਡਾ ਦੀ ਆਪਾਂ ਆਊਟਲੈਟਸ ਖੋਲ੍ਹ ਦਈਏ ਪੰਜਾਬ 'ਚ ਜਾਂ ਪੂਰੇ ਇੰਡੀਆ 'ਚ, ਕਿ ਇੱਕ ਨਾਮ ਬਣੇ, ਇੱਕ ਬ੍ਰਾਂਡ ਬਣੇ। ਕਿਉਂਕਿ ਇਹ ਮੈਂ ਦੇਖਿਆ, ਇਹ ਮੈਂ ਗੱਲ ਨੋਟਿਸ ਕੀਤੀ ਆ ਕਿ ਆਪਣੇ ਇੰਡੀਅਨਸ ਤਾਂ ਆਪਣੇ ਇੰਡੀਅਨ ਦੀ ਚੀਜ਼ਾਂ ਨੂੰ ਹੀ ਪਿੱਛੇ ਨੈਗਲੈਕਟ ਕਰਦੇ ਆ, ਉਹ ਬਾਹਰਲੀਆਂ ਚੀਜ਼ਾਂ ਨੂੰ ਵਿਦੇਸ਼ੀ ਚੀਜ਼ਾਂ ਨੂੰ ਅੱਗੇ ਲੈ ਕੇ ਆਉਂਦੇ ਆ, ਐਡੀਡਾਸ, ਅਰਮਾਨੀ, ਗੁੱਚੀ, ਇਹ ਸਾਰਾ ਕੁਛ ਪਾਉਂਦੇ ਆ। ਅਰੇ ਆਪਣੇ ਵੀ ਤਾਂ ਹੈਗਾ ਆ, ਆਪਣੇ ਵੀ ਤਾਂ ਇੰਡੀਆ 'ਚ ਸਭ ਕੁਛ ਹੈਗਾ ਆ, ਉਹਨੂੰ ਵੀ ਤਾਂ ਅੱਗੇ ਲੈ ਕੇ ਜਾਓ, ਉਹਦੇ ਬਾਰੇ ਵੀ ਤਾਂ ਸੋਚੋ ਕਿ ਹਾਂ ਬਈ ਹੈ। ਜੇ ਤੁਸੀਂ ਆਪਣੀ ਮਤਲਬ ਕਿ ਤੁਸੀਂ ਬਾਹਰਲੇ ਲੋਕਾਂ ਨੂੰ ਦੇਖਿਆ, ਉਹ ਆਪਣੀ ਜਿਹੜੀ ਚੀਜ਼ਾਂ ਬਣੀਆਂ ਆ, ਆਪਣੀ ਟੈਕਸਟਾਈਲਸ ਆ, ਆਪਣਾ ਸਾਰਾ ਕੁਛ ਆ, ਉਹਨੂੰ ਉਹ ਪਿੱਛੇ ਨਹੀਂ ਕਰਦੇ, ਉਹੀ ਕੁਛ ਪਾਉਂਦੇ ਆ। ਫਿਰ ਆਪਾਂ ਕਿਉਂ ਨਹੀਂ ਆਪਣੇ ਆਪਣੀ ਚੀਜ਼ਾਂ ਨੂੰ ਮੋਟੀਵੇਟ ਕਰਦੇ ਕਿ ਹਾਂ ਬਈ ਆਪਣੀ ਚੀਜ਼ਾਂ ਨੂੰ ਲਈਏ? ਤਾਂ ਹੁਣ ਦੇਖੋ, ਜਿੱਦਾਂ ਮੈਂ ਦੇਖ ਰਹੀ ਹਾਂ ਕਿ ਲੋਕ ਮੈਕਡੋਨਲਡਸ ਦੇਖੂਗੇ, ਬਰਿਸਤਾ ਦੇਖੂਗੇ, ਇੱਦਾਂ ਵੱਡੀ ਵੱਡੀ ਬ੍ਰਾਂਚਿਸ 'ਤੇ ਜਾਊਗੇ, ਖਾਣਾ ਖਾਊਗੇ, ਪੀਊਗੇ। ਮੈਂ ਕਹਿੰਦੀ ਹਾਂ ਕਿ ਆਪਾਂ ਆਪਣੀ ਇੱਕ ਬ੍ਰਾਂਚ ਬਣਾਈਏ, ਇੱਕ ਡੈਵਲਪ ਕਰੀਏ, ਕਿ ਇਹ ਪਤਾ ਕੀ ਹੈ, ਇਸ ਗੱਲ ਨਾਲ ਆਪਣੇ ਕੰਟਰੀ ਨੂੰ ਫਾਇਦਾ ਹੋਣਾ ਆ। ਕਿਉਂਕਿ ਜੇ ਆਪਾਂ ਇੰਡੀਅਨ ਚੀਜ਼ਾਂ ਨੂੰ ਮੋਟੀਵੇਟ ਕਰਾਂਗੇ ਜਾਂ ਇੰਡੀਅਨ ਚੀਜ਼ ਇੰਡੀਅਨ ਬ੍ਰਾਂਡ ਨੂੰ ਅੱਗੇ ਲੈ ਕੇ ਜਾਵਾਂਗੇ, ਤਾਂ ਆਪਣੇ GDP ਰੇਸ਼ੋ ਵਧਣੀ ਆ। ਇਹਦੇ ਨਾਲ ਆਪਣੀ ਇਕਨੋਮਿਕਸ ਦੇ ਹਿਸਾਬ ਨਾਲ ਆਪਣੀ ਜਿਹੜੀ ਆ ਇੰਡੀਆ ਦੀ ਸਿਚੁਏਸ਼ਨ ਬਦਲ ਜਾਊਗੀ, ਔਰ ਫਿਰ ਗਰੀਬੀ ਤਾਂ ਚਲੋ ਹੌਲੀ ਹੌਲੀ ਨਿਕਲ ਹੀ ਜਾਣੀ ਆ। ਔਰ ਦੂਸਰੀ ਗੱਲ, ਤੁਹਾਡੇ ਵਰਗੇ ਹਿੰਮਤੀ ਬੱਚੇ ਹੋਣ ਤਾਂ ਮੈਨੂੰ ਲੱਗਦਾ ਗਰੀਬੀ ਦਾ ਬਹੁਤ ਛੋਟੀ ਜਿਹੀ ਗੱਲ ਰਹਿ ਜਾਂਦੀ ਹੈ। ਨਹੀਂ ਸਰ, ਹਿੰਮਤ ਤਾਂ ਗੱਲ ਨਹੀਂ ਆ, ਗੱਲ ਹੁੰਦਾ ਸਿੱਖਣ ਦਾ। ਦੇਖੋ, ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ, ਠੀਕ ਆ? ਕਿਸੇ ਵੀ ਉਮਰ 'ਚ ਬੰਦਾ ਸਿੱਖ ਸਕਦਾ ਆ, ਕਿਸੇ ਵੀ ਉਮਰ 'ਚ ਬੰਦਾ ਕੋਈ ਵੀ ਗਿਆਨ ਲੈ ਸਕਦਾ। ਹੁਣ ਜੇ ਗਿਆਨ ਲੈਣ ਦੀ ਵੀ ਗੱਲ ਆਵੇ, ਤਾਂ ਆਪਾਂ ਕਹਿੰਦੇ ਹਾਂ ਕਿ ਗਿਆਨ ਲੈਣਾ ਇਹ ਇਕੱਲਾ ਨਹੀਂ ਕਿ ਆਪਾਂ ਇਕੱਲੀ ਬੁੱਕਸ ਤੋਂ ਪੜ੍ਹੀਏ। ਹੁਣ ਦੇਖੋ, ਆਪਣੇ ਵੇਦ ਆ, ਆਪਣੇ ਸ਼ਾਸਤਰ ਆ, ਬਹੁਤ ਪੁਰਾਣੇ ਸੀਗੇ, ਤਾਂ ਉਹਨਾਂ ਵਿੱਚ ਕੋਈ ਨਾ ਕੋਈ ਚੀਜ਼ ਇੱਦਾਂ ਦੀ ਆਪਾਂ ਨੂੰ ਮਤਲਬ ਕਿ ਸਿਖਾਈ ਜਾਂਦੀ ਆ, ਜੋ ਕਿ ਲੋਕ ਕੀ ਕਰਦੇ ਆ, ਪਾਠ ਪੜ੍ਹਦੇ ਆ ਔਰ ਬਾਕੀ ਚੀਜ਼ਾਂ ਪੜ੍ਹਦੇ ਆ, ਬਸ ਉਹਨੂੰ ਰੱਟਾ ਮਾਰਦੇ ਆ। ਉਹਨੂੰ ਆਪਣੇ ਨਾ ਜੀਵਨ ਦੇ ਅੰਦਰ ਯੂਜ਼ ਕਰੋ। ਹੁਣ ਆਪਣੇ ਕ੍ਰਿਸ਼ਨ ਜੀ ਨੇ ਕੀ ਕਿਹਾ ਸੀਗਾ ਕਿ ਕਰਮ ਕਰਦੇ ਰਹੋ, ਫਲ ਦੀ ਇੱਛਾ ਨਾ ਕਰੋ। ਕਰਮ ਕਰਨਾ ਸਾਡਾ ਫਸਟ ਆ, ਅਸੀਂ ਕਰਮ ਕਰਾਂਗੇ
ताही अगे वधांगे। कुरान हो गए, बाइबल्स हो गई, हर चीज़ दे विच कुछ ना कुछ सब सिखाण नूं मिलदा ही आ। ठीक आ, मेरी तो हुण इदां आ, मैं तो टीचिंग लाइन चो सीगी तां मैं हर चीज़ नूं थोड़ा थोड़ा पढ़ लैंदी आ। जो मैनूं वधिया लगदा आ उह मैं अपनी लाइफ 'च यूज़ कर लैंदी आ, जो मैनूं वधिया नहीं लगदा उहनूं मैं बस ठीक है वो दिमाग अखीर दे विच मैं तुहाडी ज़बानों सुनना चाहुंदा क्योंकि तुसीं एक एड्रैस दस दिओ, हो सके अपना नंबर दस दिओ क्योंकि जिहड़े लोग तुहानू देख रहे ने जां चाह रहे ने वो तुहाडे तक जरूर आउण, जो मतलब मैं देख रहा वो एक बार जरूर बनिया तुहाडे कोल खा के जा। हाँ जी, हाँ जी, ये सर धवंस पांडा का काउंटर हैगा है, हरगोबिंद नगर ब्लड बैंक दे नज़दीक पै जूगा, और एक इत्थे बी आर अंबेडकर की स्टैचू बनी हुई है एक पार्क का, तुसीं आओगे तो फिर वो रोड ते ही आ, नाल ही लगता है, ये तुहानू आराम नाल मिल जूगा। और लोगों नूं मैं बस मतलब कि एक यही गल कहूँगी कि देखो भाई हार नहीं मननी चाहिए, कम कोई छोटा वड्डा नहीं हैगा, सारे काम शुरुआत छोटी तो होंदी आ, अगे जाके वड्डा हुंदा आ। आपां नूं इह ना आपां शर्म ना करिए भाई, जे अपने आपां नूं जॉब सी मिल रही या कुछ भी नहीं हो रहा, तुहानूं रब ने कोई ना कोई तो स्किल दित्ती आ ना, दो हथ दित्ते आ, दो पैर दित्ते आ, अखां भी दित्तियां आ, ये सब कुछ हैगा तो आ, पूरी एसेट तुहाडे कोल तो हैगी आ, बस उन्हें यूज़ करो, कोई ना कोई स्किल नू निखारो, काम इदा का करो कि तुहाडे वर्गा कोई काम ना कर सके। धन्यवाद, गलबात कर ली तुहाडा समा लिया असी, तो ये है जिंदगी जिंदाबाद की कहानी। ठीक है, बंदे की जिंदगी दे विच उतरा चढ़ा आउंदे रहिंदे आ, पर जे असी ठोकरां तो सीख लिया तो फिर जिंदगी दे विच कदी भी हारांगे नहीं। तो अज उही कहानी तुहानू यही उदाहरण है सब तो वड्डी कि तुसी मेहनत करते रहो। जिंदगी दे विच गरीबी तो बहुत छोटिया चीज़ा रह जांदियां ने, फिर कि गरीबी नू दूर करना, तो जिवें ये दिल्ली तो आए इत्थे आके स्ट्रगल किया, इत्थे आपदा घर लिया, लोन लिया, लोन फ्री चीज़ा सारिया कीतियां, तो हुण कोशिश कर रहे हैं कि जिंदगी दे पहिए नू वधिया तरीके नाल अगे रेड़िया जाए। कैमरामैन मनीष दे नाल मनदीप सिंह, डेली पोस्ट पंजाबी, फगवाड़ा।